खनौरी मंडी च दोनों बालिक लड़कियां जो 7वीं जमात दी विद्यार्थन ने दोनों लड़कियां दे नाल बलात्कार करन दे मामले सामने आए ने। शाम 6 बजे दी घटना है पर 12 बजे तक पुलिस ने मामला दर्ज नहीं किया, जिससे पीड़ित परिवार च रोष दी लहर फैल गई। पीड़ित परिवार ने थाना खनौरी दे बाहर इकट्ठे होके पुलिस के खिलाफ प्रदर्शन किया, पंजाब सरकार तो इंसाफ की मांग की है। ਇਹ ਸਰ ਮਤਲਬ ਇਹ ਜੀ ਮੂਰਤੀ ਦੇਵੀ ਨੇ ਸਾਡੇ ਕੋਲ ਬਿਆਨ ਦਰਜ ਕਰਾਇਆ। ਮੂਰਤੀ ਦੇਵੀ ਮੂਰਤੀ ਪਤਨੀ ਚਰਨਦਾਸ ਵੀ ਉਹਨਾਂ ਦੀਆਂ ਲੜਕੀਆਂ ਕੱਲ੍ਹ ਸ਼ਾਮ ਨੂੰ ਘੁੰਮਣ ਗਈਆਂ ਸੀ। ਇੱਕ ਤਾਂ ਮੁੰਡਾ ਵਿਕਾਸ ਹੈ ਅਤੇ ਇੱਕ ਦਾਣਾ, ਉਹਨਾਂ ਨੂੰ ਬਗਲਾ ਕੇ ਮਤਲਬ ਲੈ ਗਏ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਨੇ ਮਾੜਾ ਕੰਮ ਕੀਤਾ ਜੀ। ਅਤੇ ਮੂਰਤੀ ਦੇਵੀ ਦਾ ਅਸੀਂ ਬਿਆਨ ਲੈ ਕੇ ਉਹਨਾਂ ਦੋਵਾਂ ਦੇ ਖਿਲਾਫ਼ ਕੇਸ ਰਜਿਸਟਰ ਕਰ ਰਹੇ ਹਾਂ ਸਰ। ਧਾਰਾ 376 4 ਪੈਸਕੋ ਐਕਟ ਦੇ ਤਹਿਤ ਕਰ ਰਹੇ ਹਾਂ ਜੀ। ਅਤੇ ਲੜਕੀਆਂ ਦਾ ਮੈਡੀਕਲ ਕਰਾਇਆ ਜਾ ਰਿਹਾ ਅਤੇ ਇਹਨਾਂ ਦਾ ਬਿਆਨ ਵੀ ਕਰਾਵਾਂਗੇ ਜੱਜ ਸਾਹਿਬ ਦੇ। ਨਹੀਂ ਹਜੇ ਸਰ ਫਰਾਰ ਹੈ ਅਤੇ ਤਲਾਸ਼ ਜਾਰੀ ਹੈ ਜੀ। ਪੀੜਿਤ ਪਰਿਵਾਰ ਕਹਿ ਰਿਹਾ ਜੀ ਇੱਕ ਆਰੋਪੀ ਨੂੰ ਰਾਤ ਫੜਾ ਕੇ ਗਏ, ਤੁਹਾਨੂੰ ਸੌਂਪ ਕੇ ਗਏ? ਨਹੀਂ ਹਜੇ ਸਾਡੇ ਕੋਲ ਕੋਈ ਨਹੀਂ ਫੜਿਆ ਵਾ ਅਤੇ ਤਲਾਸ਼ ਜਾਰੀ ਹੈ ਉਹਨਾਂ ਦੀ। ਲੜਕੀਆਂ ਦਾ ਮੈਡੀਕਲ ਹੋ ਗਿਆ? ਕਰਾਉਣਾ ਜੀ, ਕਰਾਵਾਂਗੇ, ਪਰਚਾ ਦਰਜ ਕਰਕੇ ਕਰਾਵਾਂਗੇ। ਬਾਕੀ ਫਰਦਰ ਤਫਤੀਸ਼ ਜਿਹੜੀ ਆਊਗੀ ਉਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜਾਊਗਾ। ਇਹ ਲੜਕੀਆਂ ਕਿਹੜੀ ਕਲਾਸ 'ਚ ਪੜ੍ਹਦੇ ਨੇ? ਇਹ ਸਰ ਇੱਕ ਤਾਂ 6ਵੀਂ 'ਚ ਪੜ੍ਹਦਾ, ਦੂਸਰੀ ਤਾਂ ਨਹੀਂ ਪਤਾ ਵੀ ਪੜ੍ਹਦੀ ਹੈ ਕਿ ਨਹੀਂ ਜੀ, 7ਵੀਂ 'ਚ ਪੜ੍ਹਦੀ ਹੈ। ਸਮਾਨਤ ਨੂਰੀ ਬਾਂਸਲ ਦੀ ਰਿਪੋਰਟ, ਚੈਨਲ 2।